ਇੱਕ ਸਾਖੀ ਸਾਨੂੰ ਸੁਣਾਈ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੁਜਾਰੀ ਤਬਕਾ ਸਾਖੀਆਂ ਸੁਣਾਉਂਦਾ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੀ ਇੱਕ ਮੋਹਰ ਮੰਗਾਈ, ਜਦੋਂ ਮੋਹਰ ਕਾਗਜ਼ 'ਤੇ ਲਾਈ, ਮੋਹਰ ਦੇ ਪੁੱਠੇ ਅਕਸ਼ਰ ਸੀ, ਜਦੋਂ ਕਾਗਜ਼ 'ਤੇ ਲੱਗੀ ਸਿੱਧੇ ਹੋ ਗਏ। ਅਤੇ ਇੱਦਾਂ ਕਹਿੰਦੇ ਗੁਰਸਿੱਖੋ, ਜਿਹੜਾ ਬੰਦਾ, ਜਿਹੜਾ ਗੁਰਮੁਖ ਪਿਆਰਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਗੁਰੂ ਨੂੰ ਮੱਥਾ ਟੇਕਦਾ, ਉਹਦੇ ਵੀ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ। ਕੀ ਸਿਰਫ ਮੱਥਾ ਟੇਕਣ ਦੇ ਨਾਲ ਲੇਖ ਬਦਲ ਜਾਂਦੇ ਹਨ ਜੀ? ਪਰੇ ਜੀ, ਉਹ ਹੋਰ ਜਿਹੜੇ ਲੇਖ ਇੱਥੇ ਕੋਈ ਨਹੀਂ ਹੈਗੇ, ਇਹ ਸਾਡੀ ਹੈ ਦਿਮਾਗ ਦੀਆਂ ਯਾਦਾਂ। ਪਹਿਲਾਂ ਤਾਂ ਬੱਚੇ ਦਾ ਮਨ ਹੁੰਦਾ ਕੋਰਾ, ਅਤੇ ਕੁਝ ਹੱਦ ਤੱਕ ਜੀਨਸ ਦੇ ਰਾਹੀਂ ਉਹਦੇ ਅੰਦਰ ਕੁਝ ਚੀਜ਼ਾਂ ਆਉਂਦੀਆਂ ਨੇ, ਅਤੇ ਬਾਅਦ 'ਚ ਮਾਤਾ ਪਿਤਾ ਤੋਂ ਸਿੱਖਦਾ, ਫਿਰ ਸਮਾਜ ਤੋਂ ਸਿੱਖਦਾ, ਬੱਚਾ ਫਿਰ ਟੀਚਰਾਂ ਤੋਂ ਸਿੱਖਦਾ, ਅਤੇ ਫਿਰ ਕਿਤਾਬਾਂ 'ਚੋਂ ਪੜ੍ਹਦਾ। ਇਸ ਤਰ੍ਹਾਂ ਹੌਲੀ ਹੌਲੀ ਦਿਮਾਗ ਦਾ ਵਿਕਾਸ ਹੁੰਦਾ। ਅਤੇ ਜਿਹੜਾ ਬੰਦਾ ਬੇਅਕਲ ਹੈ, ਗੁਰੂ ਗ੍ਰੰਥ ਸਾਹਿਬ ਨੂੰ ਭਾਵੇਂ ਲੰਮਾ ਪੈ ਪੈ ਕੇ ਲੱਖ ਅਰਦਾਸਾਂ ਕਰੀ ਜਾਵੇ, ਨੱਕ ਰਗੜੀ ਜਾਵੇ, ਮੱਥੇ ਘਸਾਈ ਜਾਵੇ, ਕੋਈ ਫਰਕ ਨਹੀਂ ਪੈਣਾ। ਅੱਜ ਤੱਕ ਜਿਹੜੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਨੇ, ਉਹ ਕਿੱਡੇ ਕੁ ਵਿਦਵਾਨ ਬਣ ਗਏ, ਕਦੀ ਸੋਚ ਸਕਦੇ ਹੋ? ਬਿਰਲੇ ਟਾਮੇ ਨੇ ਜਿਹੜੇ ਵਿਦਵਾਨ ਹੋਣਗੇ, ਨਹੀਂ ਤਾਂ ਰੋਜ਼ਾਨਾ ਮੱਥੇ ਟੇਕਦੇ ਨੇ, ਮਹਾਰਾਜ ਦੀ ਹਜ਼ੂਰੀ 'ਚ ਰਹਿੰਦੇ ਨੇ, ਅਸੀਂ ਵੀ ਰੋਜ਼ਾਨਾ ਮੱਥੇ ਟੇਕਦੇ ਹਾਂ, ਅਤੇ ਕਿੰਨੇ ਕੁ ਸਾਡੇ ਲੇਖ ਸਿੱਧੇ ਹੋ ਗਏ? ਕੁਛ ਵੀ ਨਹੀਂ ਹੋਇਆ। ਪੜ੍ਹਾਈ ਲਿਖਾਈ ਤੋਂ ਬਿਨਾਂ ਨਹੀਂ ਹੋਵੇਗਾ ਸਾਰਾ ਕੁਝ। ਇਹ ਸਾਨੂੰ ਪੁਜਾਰੀ ਤਬਕੇ ਨੇ ਬੇਵਕੂਫ ਬਣਾਇਆ ਕਿ ਇੱਥੇ ਕੋਈ ਲੇਖ ਲਿਖੇ ਹੁੰਦੇ ਨੇ, ਇੱਥੇ ਨਹੀਂ ਹੁੰਦੇ, ਉਹ ਦਿਮਾਗ ਦੇ ਵਿੱਚ ਫੀਡ ਹੁੰਦੇ ਨੇ। ਜਿਵੇਂ ਨਾ ਆਪਾਂ ਮੋਬਾਈਲ 'ਚ ਜਾਂ ਕਿਸੇ ਹੋਰ ਚੀਜ਼ਾਂ 'ਚ, ਕੰਪਿਊਟਰ ਵਗੈਰਾ 'ਚ ਕੋਈ ਚੀਜ਼ਾਂ ਰਿਕਾਰਡ ਕਰ ਲੈਂਦੇ ਹਾਂ, ਇਸੇ ਤਰ੍ਹਾਂ ਸਾਰੀਆਂ ਗੱਲਾਂ ਆਪਣੇ ਦਿਮਾਗ 'ਚ ਰਿਕਾਰਡ ਹੋ ਰਹੀਆਂ ਹੁੰਦੀਆਂ ਨੇ। ਉਹ ਜਿਹੜੀਆਂ ਚੰਗੀਆਂ ਹੋ ਗਈਆਂ ਕਿ ਮਾੜੀਆਂ ਹੋ ਗਈਆਂ, ਉਹਨਾਂ ਨੇ ਸਾਨੂੰ ਆਪਣੇ ਉਸ ਵਿਚਾਰਾਂ ਦੇ ਅਨੁਸਾਰ ਆਪਾਂ ਆਪਣਾ ਕੰਮ ਕਰਨਾ ਹੁੰਦਾ। ਇਹ ਦਰਬਾਰ ਸਾਹਿਬ 'ਚ ਆਉਣ ਦਾ ਮਤਲਬ ਹੈ ਕਿ ਤੁਸੀਂ ਗੁਰੂ ਦੀ ਮੱਤ ਲੈ ਕੇ ਆਪਣੇ ਮਾੜੇ ਕੰਮ ਛੱਡ ਦਿਓ ਅਤੇ ਚੰਗੇ ਕਰਨੇ ਸ਼ੁਰੂ ਕਰ ਦਿਓ। ਆਹ ਤਾਂ ਗੱਲ ਮੰਨ ਸਕਦੇ ਹਾਂ, ਇੱਥੇ ਮੱਥਾ ਘਸਾਉਣ ਦੇ ਨਾਲ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ, ਇਹੋ ਜਿਹਾ ਕੁਝ ਨਹੀਂ ਹੁੰਦਾ। ਇੱਥੇ ਪ੍ਰਿਥੀ ਚੰਦ ਦੇ ਲੇਖ ਸਿੱਧੇ ਨਹੀਂ ਹੋਏ, ਗੁਰੂ ਸਾਹਿਬ ਕੋਲ ਮੱਥੇ ਟੇਕਦਾ ਸੀ ਰੋਜ਼, ਸ਼੍ਰੀ ਚੰਦ ਦੇ ਲੇਖ ਸਿੱਧੇ ਨਹੀਂ ਹੋਏ, ਅਤੇ ਅੱਜ ਵੀ ਪੁਜਾਰੀ ਤਬਕੇ ਦੇ ਲੇਖ ਸਿੱਧੇ ਨਹੀਂ ਹੋਏ, ਅਤੇ ਗੁਰਦੁਆਰਿਆਂ ਨੂੰ ਲੁੱਟਣ ਵਾਲਿਆਂ ਦੇ ਮੱਥੇ ਦੇ ਲੇਖ ਅਜੇ ਤੱਕ ਵੀ ਸਿੱਧੇ ਨਹੀਂ ਹੋਏ। ਉਹ ਸ਼੍ਰੋਮਣੀ ਕਮੇਟੀ ਵਾਲੇ ਲੜ ਰਹੇ ਨੇ, ਸਾਧਾਂ ਦੇ ਡੇਰਿਆਂ 'ਚ ਵੀ ਗੋਲੀਆਂ ਚੱਲਦੀਆਂ ਨੇ, ਜ਼ਮੀਨਾਂ ਜਾਇਦਾਦਾਂ ਪਿੱਛੇ ਵੀ ਲੋਕ ਲੜਦੇ ਨੇ, ਕੋਈ ਲੇਖ ਨਹੀਂ ਸਿੱਧੇ ਹੋਏ, ਸਭ ਕੁਝ ਉਸੇ ਤਰ੍ਹਾਂ ਚੱਲੀ ਜਾਂਦਾ। ਅਸੀਂ ਇਹਨਾਂ ਜਬੜੀਆਂ ਦੇ ਵਿੱਚ ਨਹੀਂ ਆਉਣਾ, ਇਹ ਕਮਲੇ ਸਾਨੂੰ ਬਣਾਇਆ ਜਾ ਰਿਹਾ। ਮੱਥਾ ਟੇਕਣ ਦੇ ਨਾਲ ਇਕੱਲਾ ਕੁਝ ਨਹੀਂ ਬਣਨਾ, ਮੱਥਾ ਟੇਕਣਾ ਇੱਕ ਪਹਿਲੀ ਗੱਲ ਹੈ, ਉਦੋਂ ਬਾਅਦ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਆਪਣੀ ਜ਼ਿੰਦਗੀ 'ਚ ਉਤਾਰਾ ਕਰਨਾ, ਅਤੇ ਬੁਰਾਈਆਂ ਦਿਮਾਗ 'ਚੋਂ ਕੱਢਣੀਆਂ ਨੇ ਅਤੇ ਚੰਗਿਆਈਆਂ ਦਿਮਾਗ 'ਚ ਪਾਉਣੀਆਂ ਨੇ।